ਹਾਂ ਜੀ ਮਿੱਤਰੋ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ HK Orete ਤੇ ਅੱਜ ਜਿਸ ਦਿਨ ਤੁਹਾਡੇ ਲਈ 7ਵੀਂ ਜਮਾਤ ਦਾ ਜੋ ਸ੍ਰੀਕ ਸਿੱਖਿਆ ਜੋ ਪੇਪਰ ਹੋ ਰਿਹਾ ਬੜਾ ਫਾਈਨਲ ਐਗਜ਼ਾਮ ਦਾ ਉਹ ਲੈ ਕੇ ਆ ਚੁੱਕੇ ਹਾਂ ਵੀਡੀਓ ਨੂੰ ਸੋਲਵ ਜੇਕਰ ਤੁਸੀਂ ਆਪਣੇ YouTube ਚੈਨਲ ਤੇ ਨਵੇਂ ਹੋ ਤਾਂ ਆਪਾਂ ਇਹਨੂੰ ਸਬਸਕ੍ਰਾਈਬ ਕਰ ਲਿਓ ਜਿਸ ਨਾਲ ਤੁਹਾਨੂੰ ਆਪਣੀ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ ਤੇ ਇਹ ਪੇਪਰ ਕੋਲ 4 ਅੰਕ ਦਾ ਤੇ ਸਮਾਂ 2 ਘੰਟੇ ਦਾ ਇਹ ਪੇਪਰ ਫੁੱਲ ਸੋਲਵ ਹੋਣ ਬਾਰੇ ਇਸ ਨੂੰ ਐਂਡ ਤੱਕ ਦੇਖ ਲੈਣਾ ਤੇ ਪੇਪਰ ਦੀ PDF ਲਈ Telegram ਚੈਨਲ ਜੁਆਇਨ ਕਰ ਲੈਣਾ ਉਹਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਹੈਗਾ ਭਾਗ ਊੜਾ ਬਸ ਤੋਂ ਹੇਠ ਪ੍ਰਸ਼ਨ 15 ਪ੍ਰਸ਼ਨ ਹੋਣਗੇ ਜਿਸ ਵਿੱਚੇ ਪੰਜ ਚਾਰ ਪ੍ਰਸ਼ਨ ਉ ਹੋਣਗੇ ਤੇ ਚਾਰ ਸਹੀ ਗਲਤ ਤੇ ਚਾਰ ਖਾਲੀ ਥਾਂਵਾਂ ਤੇ ਤਿੰਨ ਆਬਜੈਕਟਿਵ ਟਾਈਪ ਹੋਣ ਵਾਲੇ ਹਨ ਪਹਿਲਾ ਸਾਹ ਪ੍ਰਣਾਲੀ ਦੇ ਮੁੱਖ ਅੰਗ ਕਿਹੜੇ ਹਨ ਇਹਨਾਂ ਸਜੂ ਨੱਕ ਸਾਂਹ ਨਲੀ ਅਤੇ ਫੇਫੜੇ ਅਗੇ ਆਪ ਪੁਰਥਕ ਸਤਾ ਕੀ ਹੁੰਦੀ ਹਨ ਆਪਲ ਤੱਕ ਸੱਤਾਂ ਉਹ ਹੁੰਦੀਆਂ ਹਨ ਜਿਹੜੇ ਸਰੀਰ ਦੇ ਬਾਹਰੀ ਹਿੱਸੇ ਉੱਪਰ ਨਜ਼ਰ ਨਹੀਂ ਆਉਂਦੀਆਂ ਇਹਨਾਂ ਸੱਤਾਂ ਨੂੰ ਗੁੱਜੇ ਸੱਤਾਂ ਵੀ ਕਿਹਾ ਜਾਂਦਾ ਹੈ ਜੇਕਰ ਤੁਸੀਂ ਇਹਨਾਂ ਲਿਖ ਦੋਗੇ ਤਾਂ ਵੀ ਤੁਹਾਡਾ ਸੇਵ ਅਗਜੇਗਾ ਪਰ ਜੇਕਰ ਤੁਸੀਂ ਸਾਰ ਲਿਖਣਾ ਚਾਹਦੇ ਹੋ ਸਾਰ ਲਿਖ ਸਕਦੇ ਹੋ ਇਹ ਸੱਤਾਂ ਜਿਆਦਾ ਸਰੀਰ ਦੀਆਂ ਭਾਰੀਆਂ ਮਾਸਪੇਸ਼ੀਆਂ ਤੇ ਜੋੜਾਂ ਉੱਤੇ ਲੱਗਦੇ ਹਨ ਇਹਨਾਂ ਇਹਨਾਂ ਸੱਤਾਂ ਦਾ ਮੁੱਖ ਕੰਨ ਮਾਸਪੇਸ਼ੀਆਂ ਤੇ ਜੋੜਾਂ ਉੱਪਰ ਜਿਆਦਾ ਦਬਾਅ ਜਾਂ ਖਿੱਚ ਪੈਣਾ ਹੁੰਦਾ ਹੈ ਇਹਨਾਂ ਸੱਤਾਂ ਵਿੱਚ ਖਿਡਾਰੀ ਨੂੰ ਤੇਜ਼ ਦਰਦ ਹੁੰਦਾ ਹੈ ਅਤੇ ਇਹ ਜਿਹੇ ਸੱਤਾਂ ਨੂੰ ਠੀਕ ਹੋਣ ਵਿੱਚ ਕਾਫੀ ਸਮਾਂ ਲੱਗਦਾ ਹੈ ਅਗੇ ਸਿਹਤ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਸਿਹਤ ਚਾਰ ਪ੍ਰਕਾਰ ਦੀ ਮੰਨੀ ਗਈ ਹੈ ਪਹਿਲਾ ਸਰੀਰਕ ਸਿਹਤ ਮਾਨਸਿਕ ਸਿਹਤ ਸਮਾਜਿਕ ਸਿਹਤ ਤੇ ਭਾਵਨਾਤਮਕ ਸਿਹਤ ਪੰਜ ਗਿਆਨ ਇੰਦਰੀਆਂ ਦੇ ਨਾਮ ਲਿਖੋ ਗਿਆਨ ਇੰਦਰੀਆਂ ਵਿੱਚ ਅੱਖ ਕੰਨ ਜੀਭ ਨੱਕ ਅਤੇ ਚਮੜੀ ਸ਼ਾਮਿਲ ਹੁੰਦੇ ਹਨ ਇਹਨਾਂ ਨਾਲ ਹੀ ਸਾਨੂੰ ਆਲੇ ਦੁਆਲੇ ਦੀ ਸਾਰੀ ਜਾਣਕਾਰੀ ਮਿਲਦੀ ਹੈ ਅਗੇ ਖਾਲਿਸਤਾਨ ਅਗੇ ਪੱਦੀ ਵੀ ਹੈਗੀ ਆ ਸੱਤ ਲਗਨ ਕਾਲ ਨੂੰ ਸਾਨੂੰ ਸੱਤ ਲੱਗਨ ਕਾਰਨ ਜਦੋਂ ਕਿਸੇ ਹੱਡੀ ਦੇ ਦੋ ਟੁਕੜੇ ਹੋ ਜਾਣ ਉਸ ਨੂੰ ਡੈਸ਼ ਕਿਹਾ ਜਾਂਦਾ ਹੈ ਇਹਨਾਂ ਅਨਸਰ ਹੱਡੀ ਦਾ ਟੁੱਟਣਾ ਅਗਲੇ 6 ਕੱਟ ਤੋਂ ਕੱਟ ਸਭੇ ਵਿਚਕੀ ਸੇ ਕੰਮ ਨੂੰ ਪੂਰਾ ਕਰਨ ਨੂੰ ਡੈਸ਼ ਕਹਿੰਦੇ ਹਨ ਸਰੀਰਕ ਸਮਰੱਥਾ ਅਗਲੇ 7 ਜੋਗ ਸੰਸਕ੍ਰਿਤੀ ਭਾਸ਼ਾ ਦਾ ਸ਼ਬਦ ਡੈਸ਼ ਬਣਿਆ ਹੈ ਜੋਗ ਸੰਸਕ੍ਰਿਤੀ ਭਾਸ਼ਾ ਦੇ ਸ਼ਬਦ ਡੈਸ਼ ਤੋਂ ਬਣਿਆ ਕੀ ਤੋਂ ਬਣਿਆ ਯੂਜ ਅਗਲੇ 8 ਸਕਾਉਟ ਲਹਿ ਡੈਸ਼ ਨੇ ਸ਼ੁਰੂ ਕੀਤੀ ਇਹਨਾਂ ਅਨਸਰ ਲਾਲ ਬੈਂਡਨ ਪਾਵਲ ਨੇ ਕਿ ਸਹੀ ਗਲਤ ਹੈਗੇ ਮਨੁੱਖੀ ਸਰੀਰ ਵਿੱਚ ਕੁੱਲ 206 ਹੱਡੀਆਂ ਹੁੰਦੀਆਂ ਨੇ ਬਿਲਕੁਲ ਸਹੀ ਆ ਸਰੀਰਕ ਸਮਰੱਥਾ ਦੇ ਪੰਜ ਗੁਣ ਹੁੰਦੇ ਹਨ ਸਹੀ ਆ ਪੈਰਾਂ ਦੀ ਕਰੂਪੀ ਦਾ ਨਾਮ ਚਪਟਾ ਪੈਰ ਹੈ ਸਹੀ ਆ ਸਕਾਉਤ ਨਹੀਂ ਪਹਿਲੇ ਪਹਿਲਾ ਬਲਤਾਨੀਆ ਦੇ ਵਿੱਚ ਸ਼ੁਰੂ ਹੋਈ ਇਹ ਵੀ ਸਹੀ ਆ ਅਗਰੇ 13ਵੇਂ ਖੇਡ ਦੇ ਮੈਦਾਨ ਵਿੱਚ ਖਿਡਾਰੀ ਨੂੰ ਲੱਗਣ ਵਾਲੀ ਸੱਤਾਂ ਨੂੰ ਕੀ ਕਿਹਾ ਜਾਂਦਾ ਹੈ ਇਹਨਾਂ ਸੱਜੂ ਖੇਡ ਦੇ ਸੱਤਾਂ ਮਤਲਬ ਦੂਸਰਾ ਅਗੇ 14ਵਾਂ ਇਸ ਲਿਖੇ ਵਿੱਚ ਕਿਹੜੀ ਸ਼ੂਤੀ ਖੇਡ ਨਹੀਂ ਹੈ ਇਹਨਾਂ ਸajouਆ ਕਬੱਡੀ ਮੁੰਡਾ ਪਹਿਲਾ ਖਿਚਾਓ ਸਤ ਹੈ ਮਾਸਪੇਸ਼ੀਆਂ ਦੀ ਕਿਉਂਕਿ ਮਾਸਪੇਸ਼ੀ ਦਾ ਅਸਰ ਪੰਦੇ ਇਸ ਕਰਕੇ ਮਾਸਪੇਸ਼ੀ ਸਤਤਾ ਅਗੇ ਪਾ ਅੜਾ ਇੱਥੇ ਦੋ ਦੋ ਅੰਕਾਂ ਬਾਰੇ ਪੰਜ ਕੁਐਸਚਨ ਹੋਣਗੇ ਜਿਵੇਂ 16ਵਾਂ ਪ੍ਰਸ਼ਨ ਅਗਾ ਸ੍ਰੀਕ ਤਾਂ ਚਾ ਕੀ ਹੁੰਦਾ ਹੈ ਇਹਨਾਂ ਸajouਆ ਸਰੀਰਕ ਤਾਂ ਜਿਤੁ ਭਾਵ ਸੱਦ ਸਰੀਰ ਦੀ ਬੰਤਰ ਹੈ ਜੇ ਸਾਦੀ ਜੇ ਸਰੀਰ ਦਾ ਢਾਂਚਾ ਵੇਖਣ ਵਿੱਚ ਸੁੰਦਰ ਸਿੱਧਾ ਅਤੇ ਸੁਭਾਵਿਕ ਲੱਗੇ ਤਾਂ ਇਸ ਦਾ ਭਾਰ ਉੱਪਰ ਉੱਪਰ ਵਾਲੇ ਅੰਗਾਂ ਤੋਂ ਹੇਠਲੇ ਅੰਗਾਂ ਤੇ ਠੀਕ ਤਰ੍ਹਾਂ ਆ ਜਾਵੇ ਤਾਂ ਸਰੀਰਕ ਤਾਂ ਜਠੀਕ ਹੁੰਦਾ ਹੈ ਪਰ ਜੇ ਬੈਠਣ ਉੱਠਣ ਸੌਣ ਅਤੁਲਨਤਾ ਦੇ ਭੱਜਣਵੇ ਦੇ ਮਿੱਡਾ ਤੇ ਈਡਾ ਤੇ ਦੁਖਦਾਈ ਲੱਗੇ ਤਾਂ ਸਰੀਰਕ ਤਾਂ ਖਰਾਬ ਹੁੰਦਾ ਹੈ ਅਗੇ ਚਪਟਾ ਪੈਰ ਕੀ ਹੁੰਦਾ ਹੈ ਨੋਟ ਲਿਖੋ ਜਦੋਂ ਪੈਰ ਦੀਆਂ ਮਾਸਪੇਸ਼ੀਆਂ ਢਿੱਲੀਆਂ ਪੈ ਜਾਂਦੀਆਂ ਹਨ ਤਦ ਡਾਟਾ ਸਿੱਧੀਆਂ ਹੋ ਜਾਂਦੀਆਂ ਹਨ ਅਤੇ ਪੈਰ ਚਪਟਾ ਹੋ ਜਾਂਦਾ ਹੈ ਇਸ ਇਸ ਤੋਂ ਬਿਨਾ ਇਸ ਤੋਂ ਬਿਨਾ ਦੇ ਸਰੀਰ ਜਿਆਦਾ ਭਾਰ ਹੋਵੇ ਕਸਤਨਾ ਕੀਤੀ ਜਾਵੇ ਗਲਤ ਬਨਾਵਤ ਦੀਆਂ ਜੁੱਤੀਆਂ ਪਾਈਆਂ ਜਾਣ ਅਤੇ ਪੈਰ ਚਪਟੇ ਹੋ ਜਾਂਦੇ ਹਨ ਜੇ ਹਰ ਰੋਜ਼ ਲਗਾਤਾਰ ਕਾਫੀ ਸਮੇਂ ਤੱਕ ਖਲੋਨਾ ਪਵੇ ਤਾਂ ਸਹੀ ਢਾਂਚੇ ਸੰਬੰਧੀ ਗਲਤ ਆਤ ਹੁੰਨ ਤਾਂ ਵੀ ਪੈਰ ਚਪਟੇ ਹੋ ਜਾਂਦੇ ਹਨ ਅਗਿਆ 18 ਰਿਸ਼ੀ ਪਤੰਜਲੀ ਅਨੁਸਾਰ ਜੋ ਕੀ ਹੈ ऋषि पतंजलि ਦੇ ਅਨੁਸਾਰ ਮਨ ਦੀ ਬਿਲਤਨ ਰੋਕਣ ਜਾਂ ਉਹਨਾਂ ਨੂੰ ਕੰਟਰੋਲ ਕਰਨਾ ਹੀ ਯੋਗ ਹੈ। ਇਹਨਾਂ ਵਿੱਚੋਂ ਪ੍ਰਸ਼ਨ ਚ ਦੋ ਸੀ 1 ਇੱਕ ਅੰਕ ਦੇ ਦੋਨੇ ਇੱਕ ਸਕਾਉਟ ਦੂਜੇ ਸਕਾਉਟ ਨੂੰ ਮਿਲਣ ਦੇ ਕੀ ਅਸਕਲਦ ਹੈ? ਇਹਨਾਂ ਅਨਸਾਰ ਸੈਲੂਟ ਕਰਦੇ ਹਨ। ਅਗੇ ਦੂਸਰਾ ਸੈਲੂਟ ਕਿੰਨੀਆਂ ਉਂਗਲਾਂ ਨਾਲ ਸੈਲੂਟ ਕਰਦੇ ਹਨ? ਸਕਾਉਟ ਕਿੰਨੀਆਂ ਉਂਗਲਾਂ ਨਾਲ ਸੈਲੂਟ ਕਰਦੇ ਨੇ ਹੈ ਨਾ? ਇਹਨਾਂ ਅਨਸਾਰ 3 ਨੰਬਰ ਹੈ। ਇਸ ਅੱਗੇ ਦੋ ਕੋਈ ਪ੍ਰਵਲ ਹੈਗਾ। ਆਪਣੀ ਖੇੜੇ ਤਾਕਤ ਨੂੰ ਵਧਾਉਣ ਲਈ ਆਪਣੇ ਆਪ ਨੂੰ ਵਧੀਆ ਮਹਿਸੂਸ ਕਰਨ ਲਈ ਅੱਗੇ ਆਪਾਂ ਅੱਜ ਦੀ ਸਰੀਰਕ ਢਾਂਚੇ ਦੇ ਮੁੱਖ ਕੰਮ ਕਿਹੜੇ ਹਨ ਸਰੀਰਕ ਮੁੱਖ ਕੰਮ ਨੇ ਹੀਤ ਲਿਖੇ ਨੇ ਪਹਿਲੇ ਸੁਰੱਖਿਆ ਸਾਡੇ ਸਰੀਰ ਦੇ ਵਿੱਚ ਕਈ ਕੋਮਲ ਅੰਗ ਹਨ ਜਿਵੇਂ ਦਿਲ ਫੇਫੜੇ ਮਸਤਕ ਆਦਿ ਇਹਨਾਂ ਤੇ ਹਲਕੀ ਜੀ ਸੱਤ ਵੀ ਖਤਰਨਾਕ ਤੇ ਹੋ ਸਕਦੇ ਹੈ ਸਾਡਾ ਸਰੀਰਕ ਢਾਂਚਾ ਇਨਾਂ ਕੋਮਲ ਅੰਗਾਂ ਨੂੰ ਹੱਡੀਆਂ ਅਤੇ ਪਸਲੀਆਂ ਨਾਲ ਢੱਕ ਕੇ ਸੁਰੱਖਿਅਤ ਸੁਰੱਖਿਆ ਮਿਲਦੀ ਹੈ ਜਿਸ ਤਰ੍ਹਾਂ ਖੋਪਰੀ ਦੀਆਂ ਹੱਡੀਆਂ ਤੇ ਸਾਦੇ ਦਿਮਾਗ ਅਰੇ ਪਸਲੀਆਂ ਦਿਲ ਅਤੇ ਫੇਫੜੇ ਨੂੰ ਸੁਰੱਖਿਅਤ ਦਿੰਦੀ ਹੈ ਆਕਾਰ ਸਹੀ ਤਾਂ ਸਾਦੇ ਸਰੀਰ ਦੇ ਸ਼ੇਪ ਦਿੰਦਾ ਹੈ ਜੇਕਰ ਸਾਦੇ ਸਰੀਰ ਵਿੱਚ ਹੱਡੀਆਂ ਨਾ ਹੋਣ ਦਾ ਸਰੀਰ ਦਾ ਸਰੀਰ ਮਾਸ ਦਾ ਲੋਥੜਾ ਬਣ ਕੇ ਰਹਿ ਜਾਂਦਾ ਹੈ ਇਸ ਨੂੰ ਇਸ ਇੱਕ ਕਿਸਮ ਦਾ ਆਕਾਰ ਨਹੀਂ ਮਿਲ ਸਕਦਾ ਅਗੇ ਹਰਕਤ ਸਰੀਰ ਵਿੱਚ ਹੋਣ ਵਾਲੀਆਂ ਸਾਰੀਆਂ ਹਰਕਤਾਂ ਸਰੀਰ ਢਾਂਚੇ ਕੰਨ ਹਿੱਸਾ ਬਣ ਹਨ ਸਾਦੇ ਮਾਸਪੇਸ਼ੀਆਂ ਸਰੀਰ ਢਾਂਚੇ ਨਾਲ ਜੁੜੀਆਂ ਹੋਈਆਂ ਹਨ ਮਾਸਪੇਸ਼ੀਆਂ ਸੰਗ੍ਰਹਿਣ ਅਤੇ ਫੈਲਣ ਨਾਲ ਹੱਡੀਆਂ ਵਿੱਚ ਗਤੀ ਆਉਂਦੀ ਹੈ ਜਿਸ ਨਾਲ ਅਸੀਂ ਚੱਲਦੇ ਫਿਰਦੇ ਕੁੱਦਦੇ ਅਤੇ ਦੌੜ ਸਕਦੇ ਹਾਂ ਅਗੇ ਖਣਿਜ ਪੰਡਰ ਸਾਦੇ ਸਰੀਰ ਦੀਆਂ ਹੱਡੀਆਂ ਤਾਕਤ ਦੇ ਪੰਡਰ ਦਾ ਕੰਮ ਵੀ ਕਰਦੇ ਹਨ ਹੱਡੀਆਂ ਵਿੱਚ ਬੱਧੀ ਮਾਤਰਾ ਵਿੱਚ ਕੈਸ਼ੀਅਮ ਅਤੇ ਫਾਸਫੋਰਸ ਹੁੰਦਾ ਹੈ ਜਿਸ ਨਾਲ ਸਾਦੇ ਸਰੀਰ ਵਿੱਚ ਬਦਧਾ ਤੇ ਵਿਕਾਸ ਹੁੰਦਾ ਹੈ ਇਹਨਾਂ ਖਣਿਜੀ ਵਿੱਚ ਸਾਨੂੰ ਸੰਤੁਲਿਤ ਪੋਸ਼ਣ ਖਾਣਾ ਚਾਹੀਦਾ ਹੈ ਜੇਕਰ ਸਰੀਰ ਵਿੱਚ ਇਹਨਾਂ ਤੱਤਾਂ ਦੀ ਘਾਟ ਹੋ ਜਾਵੇ ਤਾਂ ਹੱਡੀਆਂ ਇਹਦੀ ਪੂਰਤੀ ਕਰਦੇ ਹਨ ਅਗੇ ਦੇ ਆਪਸ਼ਨੇ ਪ੍ਰਸ਼ਨ ਹੈਗਾ ਮਨੁੱਖੀ ਸਰੀਰ ਤੇ ਨਸੇ ਤੇ ਪੈਣੇ ਬਾਰੇ ਪ੍ਰਭਾਵ ਲਿਖੋ ਇਹ ਜਿਦਲੀਕੇ ਪ੍ਰਭਾਵ ਹੋਂ ਨਾ ਪਹਿਲੇ ਹੈਗਾ ਪਾਚਨ ਕਿਰਿਆ ਤੇ ਪ੍ਰਭਾਵ ਨਸ਼ੀਲੀਆਂ ਵਸਤੂਆਂ ਦਾ ਪਾਚਨ ਕਿਰਿਆ ਤੇ ਬਹੁਤ ਬੁਰਾ ਅਸਰ ਪੈਂਦਾ ਹੈ ਇਹਨਾਂ ਦਾ ਤੇਜਾਬੀ ਅੰਸ਼ ਬਹੁਤ ਜ਼ਿਆਦਾ ਹੁੰਦੇ ਹਨ ਇਹਨਾਂ ਅੰਸ਼ ਕਰ ਮਿਹਦੇ ਦੀ ਕੰਮਕਾਜ ਸ਼ਕਤੀ ਘਟ ਜਾਂਦੀ ਹੈ ਅਤੇ ਪੇਟ ਦੇ ਰੋਗ ਪੈਦਾ ਹੋ ਜਾਂਦੇ ਹਨ ਸੋਚੇ ਸਕਤੇ ਪ੍ਰਭਾਵ ਨਸ਼ੀਲੀਆਂ ਵਸਤੂ ਦੀ ਵਰਤੋਂ ਨਾਲ ਵਿਅਕਤੀ ਚੰਗੀ ਤਰ੍ਹਾਂ ਬੋਲ ਨਹੀਂ ਸਕਦਾ ਉਥੇ ਉਹ ਬੋਲਣ ਦੀ ਥਾਂ ਠਥਰਾਉਂਦਾ ਹੈ ਉਹ ਆਪਣੇ ਆਪਣੇ ਉੱਪਰ ਕਾਬੂ ਨਹੀਂ ਰੱਖ ਸਕਦਾ ਉਹ ਖੇੜ ਵਿੱਚ ਆਈਆਂ ਚੰਗੀਆਂ ਸਥਿਤੀਆਂ ਬਾਰੇ ਸੋਚ ਨਹੀਂ ਸਕਦਾ ਅਤੇ ਨਾ ਹੀ ਇਹੋ ਜਿਹੇ ਸਥਿਤੀਆਂ ਦਾ ਲਾਭ ਉਠਾ ਸਕਦਾ ਹੈ ਅਗੇ ਬਾਈ ਮੈਂ ਪ੍ਰਸ਼ਨ ਕਰ ਸਾਡੀ ਰੀੜ ਦੀ ਹੱਡੀ ਵਿੱਚ ਕੁੱਬ ਕਿਵੇਂ ਪੈ ਜਾਂਦਾ ਹੈ ਇਸ ਨੂੰ ਠੀਕ ਕਰਨ ਕਰਨਾ ਕਿਸੇ ਕਿਹੜੇ ਕਿਸ ਤੱਕ ਕਰਵਾਉਣਾ ਚਾਹੀਦੀ ਹੈ ਨਾ ਜਦੋਂ ਪਿੱਠ ਅਤੇ ਗਰਦਨ ਦੀਆਂ ਮਾਸਪੇਸ਼ੀਆਂ ਮਾਸਪੇਸ਼ੀ ਪੇਸ਼ੀ ਤੇ ਟਿੱਲੀਆਂ ਹੋ ਕੇ ਲੰਮੀਆਂ ਹੋ ਜਾਂਦੇ ਹਨ ਅਤੇ ਛਾਤੀ ਦੇ ਮਾਸਪੇਸ਼ੀਆਂ ਸੁਗੜ ਕੇ ਛੋਟੀਆਂ ਹੋ ਜਾਂਦੀਆਂ ਹਨ ਤਾਂ ਡੀੜੀ ਦੀ ਹੱਡੀ ਵਿੱਚ ਕੁੱਬਾ ਪੈ ਜਾਂਦਾ ਹੈ ਇਸ ਦਿਸ਼ਾ ਵਿੱਚ ਇਸ ਦਿਸ਼ਾ ਵਿੱਚ ਗਲਦਨ ਅੱਗੇ ਵੱਲ ਝੁਕੀ ਹੋਈ ਨਜ਼ਰ ਆਉਂਦੀ ਹੈ ਰੀੜੇ ਦੀ ਹੱਡੀ ਪਿੱਛੇ ਵੱਲ ਨਿਕਲੀ ਜਿਹੀ ਨਿਕਲ ਜਾਂਦੀ ਹੈ ਅਤੇ ਕੋਲੇ ਕੁਝ ਅੱਗੇ ਨੂੰ ਝੁਕ ਜਾਂਦੇ ਹਨ ਕੁੱਬ ਹੇਠ ਹੇਠ ਲਿਖੇ ਕਾਰਨਾਂ ਕਰਕੇ ਪੈਂਦਾ ਹੈ ਪਹਿਲਾ ਨਜ ਦਾ ਕਮਜ਼ੋਰ ਹੋਣਾ ਜਾਂ ਉੱਚਾ ਸੁਨਾਈ ਦੇਣਾ ਕੱਟ ਰੋਸ਼ਨੀ ਵਿੱਚ ਅੱਗੇ ਨੂੰ ਝੁੱਕ ਕੇ ਪੜਨਾ ਬੈਠਣ ਨਿਕਮਾ ਅਤੇ ਖਰਾਬ ਕਿਸਮ ਦਾ ਫਰਨੀਚਰ ਕੱਟਕਸਤ ਨਾ ਮਾਸਪੇਸ਼ੀ ਦੇ ਕਮਜ਼ੋਰ ਹੋ ਜਾਣਾ ਤੰਗ ਅਤੇ ਗਲਤ ਤੰਗ ਦੇ ਕੱਪੜੇ ਪਾਉਣਾ ਸਰੀਰ ਦਾ ਤੀਜੀ ਨਾਲ ਵੱਧ ਜਾਣਾ ਕੁਰੀਆਂ ਦੇ ਕੁਰੀਆਂ ਦੇ ਜਵਾਨ ਹੋਣ ਜਾਣ ਜਾਂ ਸ਼ਰਮ ਦੇ ਅੱਗੇ ਨੂੰ ਝੁੱਕ ਰਹਿਣਾ ਅੱਗੇਗਾ ਲੋੜ ਤੋਂ ਵੱਧ ਝੁੱਕ ਕੇ ਕੰਮ ਕਰਨ ਦੀ ਆਦਤ ਹੋਣਾ ਕਈਤਨ ਦੇ ਜਿਵੇਂ ਤਰਖਾਨ ਦਾ ਸਾਰਾ ਆਰਾ ਖਿੱਚਣਾ ਮਾਲੀ ਦੀ ਕਿਰਾਇਆ ਗੁੱਡਣਾ ਕਿਹਨਿਆਂ ਗੁੱਡਣਾ ਦਫਤਰਾ ਵਿੱਚ ਫਾਈਲਾਂ ਤੇ ਅੱਖਾਂ ਟਿਕਾ ਨਹੀਂ ਰੱਖਣੀਆਂ ਤੇ ਕਰਜੇ ਦਰਜੇ ਦੇ ਕੱਪੜੇ ਸੇ ਉਹਨਾਂ ਆਂਦੀ। ਕੁੱਬ ਦੂਰ ਕਰਨ ਦੇ ਤੰਗ ਇਹ ਕੁਝ ਤੰਗ ਤੁਸੀਂ ਲਿਖ ਸਕਦੇ ਹੋ ਪਹਿਲਾਂ ਬੈਠਣਾ ਉੱਥਰ ਅਤੇ ਤੁਰਨ ਸਮੇਂ ਥੋੜੀ ਉਥੋੜੀ ਥੋੜੀ ਥੋੜੀ ਉੱਪਰ ਵੱਲ ਛਾਤੀ ਅੱਗੇ ਵੱਲ ਅਤੇ ਸਿਰ ਸਿੱਧਾ ਰੱਖੋ। ਕੂਸੀ ਦੇ ਬੈਠਣ ਤੇ ਪਿੱਠ ਬੈਂਕ ਨਾਲ ਲਾ ਕੇ ਸਿਰ ਪਿੱਛੇ ਵੱਲ ਰੱਖ ਕੇ ਉੱਪਰ ਵੱਲ ਦੇਖਣਾ ਹੱਥਾਂ ਨੂੰ ਪਿੱਛੇ ਪਕੜ ਲੈਣਾ ਚਾਹੀਦਾ ਹੈ ਪਿੱਠ ਦੇ ਪਿੱਠ ਤੇ ਹੇਠਾਂ ੱੱਕਿਆ ਰੱਖਣਾ ਰੱਖ ਕੇ ਲੇਟਣਾ ਅਗੇ ਕੰਟਰਨਲ ਲਾਈ ਲਾਈ ਪੌੜੀ ਨਾਲ ਲਟਕਣਾ ਇਸ ਸਮੇਂ ਪੌੜੀ ਵੱਲ ਪਿੱਠ ਹੋਣੀ ਚਾਹੀਦੀ ਹੈ ਪੇਟ ਹੇਠਾਂ ਵੱਲ ਕਰਕੇ ਲੇਟਣਾ ਹੱਥਾਂ ਉੱਪੇ ਪਾਰ ਪਾ ਕੇ ਸਿਰ ਅਤੇ ਧੜ ਦੇ ਅਗਲੇ ਭਾਗ ਤੋਂ ਉੱਪਰ ਵੱਲ ਚੁੱਕਣਾ ਇਹ ਤੋਂ ਕੁਝ ਹੋਰ ਪੁਆਇੰਟ ਜੇ ਵੀ ਤੁਸੀਂ ਲਿਖ ਸਕਦੇ ਆ ਨਾ ਐਂਡ ਤੇ ਤੁਸੀਂ ਇਹ ਲਿਖ ਦੇਣਾ ਇਹਨਾਂ ਕਸਰਤਾਂ ਤੋਂ ਇਲਾਵਾ ਸਰੀਰਕ ਤੰਤੂ ਠੀਕ ਰੱਖਣ ਵਾਲੀ ਕਸਰਤਾਂ ਸਿਹਤਮੰਦ ਸਿਹਤਮੰਦ ਗੱਲਾਂ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਅਗੇ ਇੱਕ ਵਿਅਕਤੀ ਲਈ ਖੇਡਾਂ ਦੇ ਕੀ ਕੀ ਲਾਭ ਹੋ ਸਕਦੇ ਹਨ ਹੁੰਦੇ ਹਨ ਪਹਿਲਾ ਸਰੀਰ ਸਰੀਰ ਦਾ ਬਾਹਰ ਦੇ ਵਿਕਾਸ ਖੇਡਾਂ ਇੱਕ ਵਿਅਕਤੀ ਦੇ ਸਰੀਰ ਨੂੰ ਮਜ਼ਬੂਤ ਬਣਾਉਂਦੇ ਹਨ ਉਹ ਉਸ ਦੇ ਸਰੀਰ ਅੰਦਰ ਫੁਰਤੀ ਤੇ ਚੁਸਤੀ ਲਿਆਉਂਦੇ ਹਨ ਇਸੇ ਤਰ੍ਹਾਂ ਖੇਡਾਂ ਨਾਲ ਸਰੀਰਕ ਬਾਹਰ ਦਾ ਵਿਕਾਸ ਹੁੰਦਾ ਹੈ ਭੇਲੇ ਸਮੇਧੀ ਉਚਿਤ ਬਲਤੋ ਖੇਡਾਂ ਦੁਆਰਾ ਵਿਅਕਤੀ ਆਪਣੇ ਭੇਲੇ ਸਮੇਧੀ ਉਚਿਤ ਬਲਤੋ ਕਰ ਸਕਦਾ ਹੈ ਖੇਡਾਂ ਦੇ ਕੰਨ ਇੱਕ ਵਿਅਕਤੀ ਬੁਰੇ ਕੰਮਾਂ ਤੋਂ ਬਚ ਸਕਦਾ ਹੈ ਖੇਡ ਖੇਡਾਂ ਮਨ ਨੂੰ ਸ਼ੈਤਾਨ ਦਾ ਕਾਰ ਨਹੀਂ ਬਣਾ ਦਿੰਦੀ ਆ ਭਾਵਨਾਵਾਂ ਮੇ ਉੱਪਰ ਕਾਬੂ ਖੇਡਾਂ ਕੰਨ ਵਿਅਕਤੀ ਦਾ ਰੋਜ਼ ਚਿੰਤਾ ਉਦਾਸੀਆਂ ਦੀ ਭਾਵਨਾਵਾਂ ਮੇ ਉੱਪਰ ਕਾਬੂ ਪਾਉਣਾ ਸਿੱਖ ਲੈਂਦਾ ਹੈ ਅਗੇ ਕਹਿਣਾ ਮੰਨਣਾ ਖੇਡਾਂ ਨਾਲ ਵਿਅਕਤੀ ਵਿੱਚ ਕਹਿਣਾ ਮੰਨਣਾ ਦਾ ਗੁਣ ਵਿਕਸਿਤ ਹੁੰਦਾ ਹੈ ਸਹਿਯੋਗ ਦੀ ਭਾਵਨਾ ਖੇਡਾਂ ਖਿਡਾਰੀ ਵਿੱਚ ਆਪਸੀ ਸਹਿਯੋਗ ਦੀ ਭਾਵਨਾ ਆਉਂਦੀ ਹੈ ਸਮੇਂ ਦੀ ਪਾਲਣਾ ਖੇਡਾਂ ਵਿਅਕਤੀ ਵਿਅਕਤੀ ਨੂੰ ਸਮੇਂ ਦੀ ਪਾਲਣਾ ਕਰਨਾ ਸਿਖਾਉਂਦੇ ਹਨ ਸਹਿਨਸ਼ੀਲਤਾ ਖੇਡਾਂ ਸਹਿਨਸ਼ੀਲਤਾ ਦੇ ਗੁਣ ਦਾ ਵਿਕਾਸ ਕਰਦੇ ਹਨ ਸਵੈ ਪ੍ਰੋਸਾ ਖੇਡਾਂ ਖੇਡਾਂ ਨਾਲ ਇੱਕ ਵਿਅਕਤੀ ਅੰਦਰ ਸਵੈ ਪ੍ਰੋਸਾ ਪੈਦਾ ਹੁੰਦਾ ਹੈ ਅਗੇ ਖੇਡ ਸੱਤ ਲੱਗਣ ਦੇ ਮੁੱਖ ਕਾਰਨ ਲਿਖੋ ਇਹ ਕੁਝ ਕਾਰਨ ਹੈ ਪਹਿਲਾ ਘੱਟ ਜਾਣਕਾਰੀ ਖੇਡਾਂ ਦੇ ਨਿਯਮ ਖੇਡ ਸਮੱਗਰੀ ਬਾਰੇ ਖਿਡਾਰੀ ਨੂੰ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਕਈ ਵਾਰ ਖਿਡਾਰੀ ਨੂੰ ਖੇਡ ਸਮੱਗਰੀ ਦੀ ਜਾਣਕਾਰੀ ਨਹੀਂ ਹੁੰਦੀ ਜਿਸ ਕਾਰਨ ਸੱਤ ਲੱਗ ਜਾਂਦੀ ਹੈ ਹੈ ਅਗਰ ਠੀਕ ਸਿਕਹਲਾਈ ਵਿੱਚ ਘਾਟ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਦੇ ਲਈ ਚੰਗੀ ਸਿਕਹਲਾਈ ਜ਼ਰੂਰੀ ਹੈ ਜੇਕਰ ਸਿਕਹਲਾਈ ਤੋਂ ਬਿਨਾਂ ਸਿਕਹੜਾ ਦੀ ਖੇਡ ਹੈ ਤਾਂ ਉਸ ਉਸ ਸਲੀਬ ਵਿੱਚ ਸ਼ਕਤੀ ਅਤੇ ਗਤੀ ਅਤੇ ਲਚਕ ਦੀ ਘਾਟ ਕਰਕੇ ਸਤ ਲੱਗ ਸਕਦੀ ਹੈ ਆਸਬਦਾਨੀਆ ਸਬਦਾਨੀ ਖੇਤੀ ਦੇ ਦੁਰਘਤਨਾ ਕਾਤੇ ਖੇਡ ਦੇ ਮੈਦਾਨ ਵਿੱਚ ਥੋੜੀ ਲਾਪਰਵਾਹੀ ਨਾਲ ਸਤ ਲੱਗ ਸਕਦੀ ਹੈ ਜੇਕਰ ਖਿਡਾਰੀ ਖੇਡ ਖੇਡ ਨਿਯਮ ਦੀ ਠੀਕ ਪਾਲਣਾ ਨਹੀਂ ਕਰਦਾ ਤਾਂ ਵੀ ਸਤ ਲੱਗ ਸਕਦੀ ਹੈ ਸਿਹਤ ਨੂੰ ਠੀਕਤ ਸਰੀਰ ਨੂੰ ਠੀਕ ਢੰਗ ਨਾਲ ਨਾਲ ਨਾਗਰਮਾਉਣਾ ਖੇਡ ਮੁਤਾਬਿਕ ਸਰੀਰ ਨੂੰ ਗਰਮਾਉਣਾ ਜ਼ਰੂਰੀ ਹੈ ਜਿਸ ਨਾਲ ਖਿਡਾਰੀ ਦੀਆਂ ਮਾਸਪੇਸ਼ੀਆਂ ਖੇਡ ਦੇ ਦਬਾਅ ਨੂੰ ਸਹਿ ਸਕ ਸਕਣ ਜੇਕਰ ਖਿਡਾਰੀ ਪੂਰੀ ਤਰ੍ਹਾਂ ਸਿਹਤ ਨੂੰ ਨਹੀਂ ਕਰਮਾਉਂਦਾ ਤਾਂ ਉਸ ਦੇ ਮਾਸਪੇਸ਼ੀ ਵਿੱਚ ਖਿਚਾਵ ਆ ਸਕਦਾ ਹੈ ਖੇੜੇ ਦੇ ਮੈਦਾਨ ਦਾ ਠੀਕ ਨਾ ਹੋਣਾ ਖੇੜੇ ਖੇੜੇ ਦੇ ਸਮੇਂ ਖੇੜੇ ਮੈਦਾਨਾਂ ਸਮਤਲ ਹੋਣਾ ਚਾਹੀਦਾ ਹੈ ਮੈਦਾਨ ਵਿੱਚ ਢੋਈ ਤਿੱਖੇ ਚੀਜ਼ਾਂ ਕੰਚ ਕੰਚ ਕਿੱਲਾ ਅਧਿਕ ਵਿਖਰੇ ਹੋਣੇ ਹੋਣ ਕਾਰਨ ਖਿਡਾਰੀ ਨੂੰ ਸੱਤ ਲੱਗ ਸਕਦੀ ਹੈ ਖੇੜੇ ਤੋਂ ਪਹਿਲਾਂ ਖੇੜੇ ਮੈਦਾਨ ਦੀ ਚੱਗੀ ਤਰ੍ਹਾਂ ਜਾਂਚ ਕਰ ਲੈਣੀ ਚਾਹੀਦੀ ਹੈ ਸਕਾਉਟਿੰਗ ਨਿਯਮਾਂ ਦੀ ਵਿਸਤਾਰਪੂਰਵਕ ਜਾਣਕਾਰੀ ਵਿਆਖਿਆ ਕਰੋ ਇਹਦੇ ਨਿਯਮ ਹਨ ਪਹਿਲਾ ਨਿਯਮ ਹੈਗਾ ਸਕਾਉਟਿੰਗ ਦੀ ਅਨਪ੍ਰੋਸਜੋਗ ਹੁੰਦੀ ਹੈ ਸਕਾਉਟਿੰਗ ਦੀ ਅਨਪ੍ਰੋਸਜੋਗ ਹੁੰਦੀ ਹੈ ਸਕਾਉਟ ਸਦਾ ਸੱਚ ਬੋਲਦਾ ਹੈ ਉਹ ਚੰਗੇ ਕੰਮ ਕਰਕੇ ਵਿਸ਼ਵਾਸ ਪੈਦਾ ਕਰਦਾ ਹੈ ਅਤੇ ਇੱਜ਼ਤ ਪ੍ਰਾਪਤ ਕਰਦਾ ਹੈ ਅਗਰ ਸਕਾਉਟਿੰਗ ਵਫਾਦਾਰ ਹੁੰਦਾ ਹੈ ਸਕਾਉਟਿੰਗ ਆਪਣੇ ਮਿੱਤਰ ਨੇਤਾਵਾਂ ਤੇ ਦੇਸ਼ ਲਈ ਕਦੇ ਵੀ ਵਿਸ਼ਵਾਸਘਾਤ ਨਹੀਂ ਕਰਦਾ ਅਗਰ ਸਕਾਉਟਿੰਗ ਆਸਤਕ ਦੇਸ਼ ਭਗਤ ਅਤੇ ਜਨਤਾ ਕਾ ਸੇਵਕ ਹੁੰਦਾ ਹੈ ਸਕਾਉਟ ਪਰਮਾਤਮਾ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਮੰਨਦਾ ਹੈ ਇਸ ਲਈ ਉਹ ਸੁੱਧ ਮਨ ਮਨ ਸੁੱਧ ਰਹਿੰਦਾ ਹੈ ਉਹ ਆਪਣੇ ਦੇਸ਼ ਪ੍ਰਤੀ ਵਫਾਦਾਰ ਹੁੰਦਾ ਹੈ ਉਹ ਸਾਵਧਾਨੀ ਨੂੰ ਸਾਵਧਾਨੀ ਉਸ ਸੰਵਿਧਾਨ ਦੀ ਪੂਰੀ ਤਰ੍ਹਾਂ ਪਾਲਣ ਕਰਦਾ ਹੈ ਤੇ ਦੇਸ਼ ਦੀ ਸ਼ਾਨ ਦੇ ਵਿਰੁੱਧ ਇੱਕ ਸ਼ਬਦ ਨਹੀਂ ਸੁੰਦਾ ਉਹ ਲੋੜਵੰਦ ਦੀ ਦਿਲੋਂ ਸਹਾਇਤਾ ਕਰਦਾ ਹੈ ਉਹ ਦਿਨ ਵਿੱਚ ਇੱਕ ਚੰਗਾ ਕੰਮ ਕਰਨ ਦਾ ਪ੍ਰanਕ ਜ਼ਰੂਰ ਕਰਦਾ ਹੈ ਉਹ ਉਸ ਨੂੰ ਪੂਰਾ ਕਰਨ ਲਈ ਉਹ ਆਪਣੇ ਗਰ ਵਿੱਚ ਪਾਏ ਰੁਮਹਾਰ ਨੂੰ ਸਵੇਰੇ ਦੇ ਇੱਕ ਗੱਡੇ ਦੇ ਦਿੰਦਾ ਹੈ ਅਗੇ ਸਕਾਉਟਿੰਗ ਸ਼ਬਦ ਦਾ ਮੀਤਰ ਪਰ ਪਰ ਅਤੇ ਉੱਚ ਨੀਚ ਤੋਂ ਨੀਚ ਤੋਂ ਉੱਚ ਹੁੰਦਾ ਹੈ ਸਕਾਉਟ ਵਿੱਚ ਜਾਤ ਪਾਤ ਉੱਚ ਨੀਚ ਰੰਗਤਲਮ ਅਤੇ ਨਸਲ ਸੰਬੰਧੀ ਕੋਈ ਪੇਦਭਾਵ ਨਹੀਂ ਹੁੰਦਾ ਹਰ ਧਰਮ ਦੇਸ਼ ਜਾਤ ਪਾਤ ਅਤੇ ਨਸਲ ਸਕਾਉਟਿੰਗ ਆਸ ਆਪਸ ਵਿੱਚ ਮਿਲ ਕੇ ਬੈਠਦੇ ਬੈਠਦੇ ਕੰਮ ਕਰਦੇ ਅਤੇ ਇਕੱਠੇ ਭੋਜਨ ਪਕਾਉਂਦੇ ਅਤੇ ਖਾਂਦੇ ਹਨ ਸਕਾਉਟ ਨੂੰ ਦੂਸਰੇ ਸਕਾਉਟ ਨੂੰ ਪ੍ਰਭਸੰਦਾ ਹੈ ਸਕਾਉਟ ਮਿੱਠਾ ਬੋਲੜਾ ਹੁੰਦਾ ਹੈ ਸਕਾਉਟ ਹਰ ਮਨੁੱਖ ਨਾਲ ਬੜੇ ਪਿਆਰ ਨਾਲ ਬੋਲਦਾ ਹੈ ਉਹ ਮਿੱਠਾ ਬੋਲ ਕੇ ਦੂਸਰਿਆਂ ਦੇ ਦਿਲ ਜਿੱਤ ਲੈਂਦਾ ਹੈ ਸਕਾਉਟਿੰਗ ਜੀਪ ਜੰਤੂਆਂ ਦਾ ਮਿੱਤਰ ਹੁੰਦਾ ਹੈ ਸਕਾਊਟ ਕਿਸੇ ਵੀ ਪਸ਼ੂ ਜਾਂ ਪੰਛੀ ਨੂੰ ਕਦੇ ਦੁੱਖ ਨਹੀਂ ਪਹੁੰਚਾਉਂਦਾ ਹੈ ਉਹ ਪਸ਼ੂਆਂ ਅਤੇ ਪੰਛੀਆਂ ਨਾਲ ਪਿਆਰ ਕਰਦਾ ਹੈ ਸਕਾਊਟ ਅਨੁਸੂਚਿਤ ਅਤੇ ਅਗਿਆਕਾਰੀ ਹੁੰਦਾ ਹੈ ਸਕਾਊਟ ਸਦਾ ਹੀ ਨਿਯਮਾਂ ਦੀ ਪਾਲਣਾ ਕਰਦਾ ਹੈ ਉਹ ਮਨਮਾਨੀ ਨਹੀਂ ਕਰਦਾ ਉਹ ਵੱਡਿਆਂ ਦਾ ਹੁਕਮ ਖਿੜੇ ਮੱਥੇ ਮੰਨਦਾ ਹੈ ਸਕਾਊਟ ਬਹਾਦਰ ਅਤੇ ਔਕੜ ਦਾ ਸਾਹਮਣਾ ਕਰਨ ਵਾਲਾ ਹੁੰਦਾ ਹੈ ਸਕਾਊਟ ਦੁੱਖ ਅਤੇ ਔਕੜ ਦੇ ਸਮੇਂ ਕਬਰਾਉਂਦਾ ਨਹੀਂ ਉਹ ਹਾਲ ਮੁਸੀਬਤਾਂ ਦਾ ਸਾਹਮਣਾ ਬਹਾਦਰੀ ਨਾਲ ਕਰਦਾ ਹੈ ਇਸ ਸੱਤਵੀਂ ਜਮਾਤ ਦਾ ਫਿਜ਼ੀਕਲ ਐਜੂਕੇਸ਼ਨ ਦਾ ਪੇਪਰ ਜੋ ਸਤਨ ਕਰਵਾ ਦਿੱਤਾ ਹੈ ਜੇਕੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਦੇਣਾ ਤੇ ਆਪਾਂ ਫੇਰ ਮਿਲਾਂਗੇ ਅਗਲੀ ਵੀਡੀਓ ਚ ਓਕੇ ਦੋਸਤੋ